ਨੰਗਾ ਹੀ ਪਿਆ ਕਹਿੰਦਾ ਹੋਰ ਸਾਲਿਆ ਨਿੱਕਰ ਪਾਈ ਹੁੰਦੀ ਆ ਵੈਰੀ ਗੁੱਡ ਬਣਾਉਣ ਲੱਗਾ ਵਲੌਗ ਤੇਰਾ ਮੇਰੀ ਭੈਣ ਨੂੰ ਮੈਂ ਫੜ ਕੇ ਲੈ ਕੇ ਜਾ ਰਹੀ ਹਾਂ ਤੇਰਾ ਨਾਮ ਇਸਕੀ ਬੜਾ ਹੈ ਪਲਾਜੋ ਆ ਵੀਰ ਮੈਂ ਅੱਜ ਘਰ ਆਂ ਦਾ ਘਰ ਆਂ ਦਾ ਪਲਾਜੋ ਪਾਇਆ ਨੇ ਅਸੀਂ ਮੱਥਾ ਟੇਕ ਕੇ ਆ ਗਏ ਹਾਂ ਬਾਹਰ ਤੇ ਬਹੁਤ ਸੋਹਣਾ ਵਿਊ ਹੈ ਬਾਹਰ ਮੰਦਿਰ ਦੇ ਇਹ ਅੱਜ ਹੈਗਾ ਸਾਡਾ ਨੈਕਸਟ ਡੇ ਕੱਲ ਅਸੀਂ ਸਾਰਾ ਖਜਿਆਲ ਵੇਖਿਆ ਅੱਜ ਅਸੀਂ ਵੇਖਾਂਗੇ ਚਨੇਰਾ ਲੇਕ ਜੋ ਕਹਿੰਦੇ ਬਹੁਤ ਜ਼ਿਆਦਾ ਬਿਊਟੀਫੁਲ ਹੈ बाहर थोड़ी जी धुप भी है थोड़ा क्लाउडी जहा है वेखते हैं किमें उत्ते जाके थोनों भी दिखावगी लेट्स सी लो जी वीरे पहुंच गया बा चमीरा लेक ब्लैक ब्लैक और ब्लैक ब्लैक व्हाइट ब्लैक प्लाजो आ वीर मैं घर आंदे प्लाजो पाया देखो तुम बाद च बाद च कट दे रहे हो चलो वीरियो हुण अहीं चले आ अगे आ जाओ फिर बना लगा व्लॉग तेरा मेरी भैन नु मैं फड़ के लेके जा रही हां बिकॉज़ ऑफ फील हां फील पाली ज्यादा पेंसिल है ना ते आपा आ गए हां चमीरा लेक हुण आपा बोटिंग करांगे बराड साहब जोधील विदाउट लाइफ जैकेट मेरे प्राइज ਐਸੀ ਫੱਬ ਤੱਪ ਕੇ ਤੇ ਉਹ ਹੱਡ ਲਵਾਤਾ ਲੌਂਗ ਕੋਟ ਦੋਵਾਂ ਜਾਣਿਆਂ ਦਾ ਸਾਰਿਆਂ ਦੀਆਂ ਜੈਕਟਾਂ ਜੂਟਾਂ ਅਸੀਂ ਹੁਣ ਆਹ ਪਾਏ ਆ ਕਿਹੜੀ ਕਿਹੜੀ ਜੈਕਟ ਕਹਿੰਦੇ ਇਹਨੂੰ ਹੈ ਲਾਈਫ ਜੈਕਟ ਕਹਿੰਦੇ ਅਗਰ ਅਸੀਂ ਪਾਣੀ ਚ ਗਿਰ ਗੁਰ ਗਏ ਸਾਨੂੰ ਉੱਤੇ ਲਾ ਇਹਦੇ ਨਾਲ ਨਹੀਂ ਬੱਜਾ ਬੱਜਾ ਜਾਣਾ ਵੇ ਐਡੀ ਤਾਂ ਮੋਟੀ ਹੈ ਮੈਂ ਖੋਲ ਦਿੰਦੀ ਹਾਂ ਇਹ ਕਿਹੜਾ ਭਾਈ ਏ ਵੀਰ ਵੀ ਵਲੌਗ ਤੇ ਹੋਇਆ ਸ਼ੁਰੂ ਇਹ ਦੇਖ ਲਓ ਮੂੰਹ ਚ ਪਾਈ ਜਾਂਦਾ ਕੈਮਰਾ ਬੰਦੇ ਦੀ ਗੱਲ ਆ ਦੋਸਤ ਹੁਣ ਅਸੀਂ ਜਾਵਾਂਗੇ ਮੋਟਰ ਵਾਲੀ ਬੋਟ ਤੇ ਇਹ ਇੱਕ ਜਣੇ ਦਾ ਪਰ ਪਰਸਨ ਹੈਗਾ 400 ਰੁਪਿਆ ਮੋਟਰ ਬੋਟ ਅੱਧਾ ਘੰਟਾ ਤੇ ਅਸੀਂ ਹੈਗੇ 6 ਜਣੇ ਸਾਡਾ ਬਣਿਆ ਸੀ 2400 ਬਜਟ ਦਾ ਤੁਸੀਂ ਆਦਾ ਦੇਖ ਲਿਓ ਫਿਰ ਵਿਊ ਤੁਹਾਡੇ ਸਾਹਮਣੇ ਅਬ ਹਮ ਜਾ ਰਹੇ ਹਾਂ ਬੋਟਿੰਗ ਕੇ ਲਈ ਚਲੋ ਆ ਜਾਓ ਮਨਿੰਦਰ चलो नेक्स्ट मैं तो लिटना ही हाँ जिन्नी में हील पाई एक मिनट जो दिती कलो जा दो मिनट वीडियो बंद करो वीर जी मैनू भी नहीं बनाउणा आंदा चैनल इधर आ भी लाते जी व्लॉग ते कहिंदा चैनल बना देंगे मैनू बोट बोट मोटर बोट बूट से बहना मोटर बूट से डर ही लगता
ਪਿੱਛੇ ਟਰਾਲਾ ਪਿਆ ਹਾਂ ਜੋ ਤੇਰਾ ਕਿੱਦਾਂ ਰਿਹਾ ਐਕਸਪੀਰੀਅੰਸ? ਚਲੋ ਜੀ ਅਸੀਂ ਹੁਣ ਪਹੁੰਚ ਚੱਲੇ ਹਾਂ ਫਿਰ ਆਪਾਂ ਰੀਲਾਂ ਰੂਲਾਂ ਘੈਂਟ ਦੇਖਣ ਨੂੰ ਮਿਲਣੀ ਆ ਅੱਗੇ ਫੋਟੋਆਂ ਫੋਟੋਆਂ ਵੀ ਸਾਰਾ ਕੁਛ ਦੇਖਣ ਨੂੰ ਮਿਲੂਗਾ ਜੀ ਕਰਨ ਲੱਗੇ ਬਾਈ ਜੀ ਤੁਸੀਂ ਤਾਂ ਜੈਕਟਾਂ ਜੁਕਟਾਂ ਪਾ ਲਈਆਂ ਸਾਡੀਆਂ ਉਹ ਹਾਲੇ ਬਗਾਨੀਆਂ ਸੀ ਜਦੋਂ ਵੀ ਕੁਛ ਖਾਣਾ ਹੁੰਦਾ ਕਿਸੇ ਗਰੀਬ ਬੰਦੇ ਤੋਂ ਖਾ ਲਿਆ ਕਰੋ ਉਹਨਾਂ ਦਾ ਵੀ ਵਿਚਾਰਿਆਂ ਦਾ ਹਨਾ ਚੱਲ ਪੂਗਾ ਕੰਮ ਕਿਆ ਨਾਮ ਹੈ ਆਪਕਾ ਮੇਰਾ ਨਾਮ ਹੈ ਪਾਨੋ ਦੇਵੀ ਗੁੱਡ ਨੇਮ ਬਹੁਤ ਵਧੀਆ ਇਹਨਾਂ ਨੇ ਫਰੂਟ ਚਾਟ ਬਣਾ ਕੇ ਦੇਣਾ ਇੱਕ ਚਾਹ ਬਹੁਤ ਵਧੀਆ ਇਹਨਾਂ ਦਾ ਨੇਚਰ ਆ ਇਹਨਾਂ ਸਾਨੂੰ ਦੱਸਿਆ ਸਾਰਾ ਰਾਹ ਇੱਧਰ ਤਾਂ ਵੇ ਜੋ ਤਰਲੇ ਕਰੋ ਗੱਡੀਆਂ ਨਹੀਂ ਉਹ ਤੇਰੀ ਭੈਣ ਨੂੰ ਦਬਦੀ ਕਿਤੇ ਭਾਬੀ ਖਾਣਾ ਹੁਣ ਕੁਛ ਦਬਦਾ ਬਰਾੜ ਦਾ ਦਬਕਾ ਹੈਗਾ ਵੀਰ ਦਾ ਨਹੀਂ ਨਹੀਂ ਜੋੜੀ ਰਵੇ ਵੀਰ ਤੁਹਾਡੀ ਵੀ ਸਾਡੀ ਵੀ ਬਿਲਕੁਲ ਘੈਂਟ ਆਉਂਦਾ ਵੀ ਲਓ ਜੀ ਹੁਣ ਲੱਗੇ ਆਪਾਂ ਫਰੂਟ ਚਾਟ ਖਾਣ ਲੱਗੀ ਭੁੱਖ ਸਾਰਿਆਂ ਨੂੰ ਜੀ ਆਪਾਂ ਭਾਬੀ ਰਣਜੀਤ ਕੌਰ ਦੇ ਬਹੁਤ ਤਗੜੇ ਫੈਨ ਆ ਆਪਾਂ ਬੋਲੀ ਪਾਉਣ ਲੱਗੇ ਹਾਂ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਕੋਟ ਹਾਏ ਮੇਰੀ ਜੋਤ ਹਾਏ ਮੇਰੀ ਜੋਤ ਹੁਣ ਬਰਾੜ ਸਾਹਿਬ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਲਵ ਇੱਕ ਮਿੰਟ ਹਾਏ ਮੇਰਾ ਲਵ ਹਾਏ ਮੇਰਾ ਲਵ ਵੀਰ ਬੋਲੀ ਦੁਬਾਰੇ ਪਾਈ ਬੋਲੀ ਦੁਬਾਰੇ ਪਾ ਬੋਲੀ ਦੁਬਾਰੇ ਪਾ ਇਹ ਲਵ ਵਾਲੀ ਹਾਂ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਲਵ ਹਾਂ ਹਾਏ ਮੇਰਾ ਨਾਮ ਇਸਕੀ ਬੜਾ ਹੈ ਹੁਣ ਇਹਨਾਂ ਦੇ ਬਣਾਉਣੇ ਫੇਸ ਕਰਦਾ ਪਿਆ ਤੂੰ ਹੈ ਭਾਬੀ ਰਣਜੀਤ ਕੌਰ ਫੈਨ ਆਏ ਜੇ ਵੀ ਕਰਨਾ ਆਮ ਬਿਗ ਫੈਨ ਆਏ ਜੇ ਵੀ ਕਰਨਾ ਉਹਦੇ ਬਾਅਦ ਚ ਕਰਾਂਗੇ ਵੀਰ ਹਾਂ ਜੇ ਉੱਠ ਕੇ ਲੈ ਬੈਠੇ ਹਨ ਹੁਣ ਤੁਹਾਡੀ ਵਾਰੀ ਚੇਤਾ ਕਰ ਲੈਂਦੇ 2 ਮਿੰਟ ਕੀ ਗੱਲ ਆਏ ਬੈਠੇ ਸਟ੍ਰਾਈਕ ਕਰਨਾ ਸਾਡੀ ਵਾਰੀ ਜੇ ਬੋਲੀ ਭੁੱਲ ਗਈ 2 ਮਿੰਟ ਭਾਬੀ ਦਿਮਾਗ ਲਾ ਲੈਂਦੇ ਮੈਨੂੰ ਉਹ ਦਿਮਾਗ ਲਾ ਰਹੇ ਬਾਈ ਦਾ ਦਿਮਾਗ ਤਾਂ ਹੈ ਨਹੀਂ ਵੈਸੇ ਚਾਬੀ ਆ ਕੀ ਸੀਗਾ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਸਿਕੰਦਰ ਹਾਏ ਮੇਰਾ ਦਲਜਿੰਦਰ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਸਿਕੰਦਰ ਹਾਏ ਮੇਰਾ ਦਲਜਿੰਦਰ ਸਿਕੰਦਰ ਕੀ ਆ ਸਿਕੰਦਰ ਵੀਰ ਦੁਨੀਆ ਜਿੱਤੀ ਉਹਨੇ ਅੱਛਾ ਉਹ ਖੱਟ ਕੇ ਲਿਆਂਦਾ ਇਹਨੇ ਕੀ ਜਿੱਤਿਆ ਖੱਟ ਕੇ ਇਹਨੇ ਵੀਰ ਲੋਕਾਂ ਨੇ ਦਿਲ ਜਿੱਤੇ ਆ ਮੈਂ ਉਹਨੇ ਦੁਨੀਆ ਜਿੱਤੀ ਮੈਂ ਲੋਕਾਂ ਨੇ ਖਾ ਲੋ ਠੀਕ ਆ ਖਾ ਲੈਤੇ ਬਹੁਤ ਅੱਛੀ ਆ ਕੀ ਦੱਸਦਾ ਤੈਨੂੰ ਮੈਂ ਜੋ ਤਾਂ ਆ ਕੇ ਬਣੀ ਹੈ ਇਧਰ ਮੂਗਰ ਚਾਹ ਸਹੀ ਆ ਗੁੱਡ ਟੇਸਟ ਉਹ ਇਹਦਾ ਗੱਡੀਆਂ ਜਿਹੀ ਵਾਲੀ ਲੱਗਦੀ ਪਈ ਆ ਸੌਂ ਗਏ ਸੀ ਤੁਸੀਂ ਸੌਂ ਗਏ ਸੀ
ਰੱਜ ਲਿਆ ਪਾਣੀ ਤਾਂ ਡਕਾਰ ਮਾਰੀ ਜਾਂਦਾ ਇਹਨੇ ਗਲਾਮ ਯਾਰ ਮੇਰੇ ਤੋਂ ਤਾਂ ਮਦਰੀ ਪਾਈ ਨਹੀਂ ਆਉਂਦੀ ਮੇਰੇ ਤਾਂ ਇੱਕ ਦਿਨ ਇੱਥੇ ਲਾਸ਼ ਪੈ ਗਈ ਮੇਰੇ ਤਾਂ ਸਾਰਿਆਂ ਦੇ ਰਹਿ ਗਿਆ गले वड्डे जांदे सोने पिछे बोटिंग करन तो बाद हुण असीं जा रहे हां टेंपल टेंपल केड़ा सी बद्रीनाथ टेंपल जो कि इतों सिर्फ बद्रीनाथ टेंपल रह गया 1.5 किलोमीटर असी टेंपल दे बाहर पहुंच चुके हैं हुण असी इत्थे कार पार्क करके फिर अंदर जावांगे लो जी आपां आ गए भद्रकाली टैंपल बद्रीनाथ नहीं सी भद्रकाली टैंपल सी बहुत ही इतिहासिक जिहड़ी इन्हां दी जगह है ना हिंदुआं वीरां दी अपने दी उंदे ब्रेकां फेल होंगी उंदे स्टेज तो आई हूं नसीब मत्था टेक के आ गए हैं बाहर ਤੇ ਬਹੁਤ ਸੋਹਣਾ ਵਿਊ ਹੈ ਬਾਹਰ ਮੰਦਿਰ ਦੇ ਔਰ ਮੰਦਿਰ ਵੀ ਬਹੁਤ ਸੋਹਣਾ ਬਣਿਆ ਹੋਇਆ ਦੇਖ ਲਓ ਬਹੁਤ ਹੀ ਜ਼ਿਆਦਾ ਅੱਗੇ ਲੱਗਿਆ ਅੱਗੇ ਅਸੀਂ ਜਾਣ ਲੱਗੇ ਹਾਂ ਰੂਮ 'ਚ ਵਾਪਸ ਔਰ ਰਸਤੇ 'ਚ ਇਹਨਾਂ ਨੂੰ ਭੁੱਖ ਲੱਗੀ ਹੈ ਮੈਂ ਤਾਂ ਮੈਗੀ ਖਾ ਲਈ ਸੀ ਹੁਣੇ ਖਾਣਗੇ ਸਾਰੇ ਜਾਣੇ ਮੈਗੀ ਮੈਗੀ ਓਏ ਕਿੱਦਾਂ ਲੱਗੀ ਮੈਗੀ ਦੇਖੋ ਮੈਨੂੰ ਸਵਾਦ ਆ ਬਸ ਥੋੜੀ ਮੈਂ ਕਰਾਉਣ ਲੱਗਾ ਖੱਟਾ ਹਾਂਜੀ ਸਪਾਈਸੀ ਕਰ ਦਿਓ ਫੇ ਠੀਕ ਹੈ ਜੀ ਪਾਬੀ ਤੁਸੀਂ ਟੇਸਟ ਕਰਕੇ ਦੱਸੋ नमक डाल दो थोड़ा आंटी ਬਰਾੜ ਹੁਣ ਜੇ ਮਨ ਲਾ ਤੇਰੇ ਦੰਦ ਨਾ ਹੁਣ ਹੈ ਤੇ ਤੂੰ ਕਿਵੇਂ ਮਾਰ ਆਵਾਜ਼ ਮਾਰੇ ਭਾਬੀ ਨੂੰ ਐ ਤੂੰ ਬੁੱਢਾ ਹੋ ਗਿਆ ਉਦੋਂ ਬੋਲੀ ਕਰਕੇ ਦੱਸ ਨੀ ਆਪਾਂ ਦੇ ਜਵਾਕ ਨੂੰ ਕੀ ਕਿਹਾ ਕਰਾਂਗੇ ਨਾ ਪੱਕੇ ਹੋ ਜੇ ਸੀਗੇ ਕੀ ਪਤਾ ਪਰ ਵੈਸੇ ਆਪਣੇ ਘਰ ਦੇ ਅਸੀਂ ਤਾਂ ਬਹੁਤ ਪੱਡਾ ਜੀ ਡਿਲਰ ਕਰਦੇ ਜੀ ਆਪਦੇ ਰੂਮ ਚ ਸੋਣ ਗੱਲਾਂ ਗੁੱਲਾਂ ਕਰ ਲਈਆਂ ਸਾਰਿਆਂ ਨੇ ਭੇਜਤਾ ਵੀਰ ਨੇ ਵੀਰ ਕਹਿੰਦਾ ਹੁਣ ਜਾ ਭਰਾਵਾ ਆਹ ਗੱਲ ਤਾਂ ਸੱਚੀ ਆ ਚੱਲ ਕੋਈ ਨਾ ਬਤਕੇ ਮਾਰਨ ਵਾਲੀ ਵੈਸੇ ਰਹਿ ਗਈ ਹੁਣ ਤਾਂ ਚੱਲ ਸਤਿ ਸ਼੍ਰੀ ਅਕਾਲ ਵੀਰ ਜੀ।